ਬਾਬੇ ਉਹ ਫੀਲਿੰਗ ਦੇਖੋ ਭੈਣ ਚੋਂ ਲੱਗ ਰਿਹਾ ਨਾ ਵੀ ਕਿਸੇ 5-star ਹੋਟਲ 'ਚ ਖੜਾ ਵਾਂ, ਸੀਟਾਂ ਆਏ ਹਾਏ ਓਏ, ਮਾੜਾ ਜਿਹਾ ਮੈਨੂੰ ਬਹਿ ਕੇ ਦੇਖਣ ਦੇ ਜਸ਼ਨ, ਆਏ ਹਾਏ ਆਏ ਕਿਆ ਬਾਤ ਹੈ, ਖੁੱਲ ਗਿਆ, ਕਿਆ ਬਾਤ ਹੈ, ਕਿਆ ਬਾਤ ਹੈ, ਸਰਾ ਫੀਲਿੰਗ ਹੈ ਬਾਬੇ। ਉਹ ਐਮੀ ਵਿਰਕ ਦੀ ਫਿਲਮ ਚੱਲਦੀ ਹੁੰਦੀ ਹੈ ਜਦੋਂ ਟੂਰ 'ਤੇ ਲੈ ਕੇ ਜਾਂਦੇ ਹੁੰਦੇ ਹੋ, ਇਹਦੇ ਨਾਲ ਗੱਡੀ ਦੇ ਵਿੱਚ ਇੱਕ ਅੱਗੇ ਬਲੋਰ ਹੁੰਦਾ, ਇੱਕ ਪਿੱਛੇ ਹੁੰਦਾ, ਹਾਂਜੀ, ਆਪਣੇ ਇਕੱਲੀ ਇਕੱਲੀ ਸੀਟ ਤੇ ਬਲੋਰ ਹੈ, ਇਕੱਲੀ ਇਕੱਲੀ ਸੀਟ ਤੇ ਆ ਸੀਗਾ ਜਸ਼ਨ, ਆ ਦਿਖਾਈ ਮਾੜਾ ਜਾ, ਆਹਾ ਜਿਹੜੀ ਇਹਦੀ ਆਹ ਫਿਨਿਸ਼ਿੰਗ ਹੈ, ਹਾਂਜੀ, ਇਹ ਬਾਈ ਹੋਰਾਂ ਤਿਆਰ ਕਰਾਈ ਹੈ, ਬਾਈ ਹੋਰਾਂ ਤਿਆਰ ਕਰਾਈ ਦੀ ਯਾਰ, ਬਹੁਤ ਘੈਂਟ ਤਿਆਰ ਕਰਾਈ ਹੈ ਨਾ ਪੂਰੀ, ਹਾਂਜੀ, ਸਿਰਾ ਲਾਤਾ ਬਾਈ ਨੇ ਜੀ, ਜਮਾ ਐਂਡ ਲਾਈ ਪਈ ਯਾਰ ਬਾਈ, ਆ ਜਸ਼ਨ ਆ ਦਿਖਾ ਚੀਜ਼ਾਂ, ਇਹ 'ਚ ਵੀ ਇੱਥੇ ਵੀ ਸਕਰੀਨ ਲੱਗੀ ਹੈ, ਡਿਜੀਟਲ ਮੀਟਰ ਨੇ ਇਹਦੇ ਵੀ, ਆਹ ਸਾਰੇ ਮਤਲਬ ਕਿ ਡਰਾਈਵਰ ਭਰਾਵਾਂ ਵਾਸਤੇ ਆ ਇਹ ਚੀਜ਼, ਜਾਣਕਾਰੀ ਵਾਸਤੇ, ਸਮਾਨ ਤੇ ਸਮਾਨ ਸਮੂਨ ਰੱਖਣ ਨੂੰ ਪੂਰਾ ਘੈਂਟ ਸਿਸਟਮ ਹੈ, ਜਿਹੜਾ ਕਿਸੇ ਨੇ ਬੱਸ ਬਾਡੀ ਲਗਵਾਉਣੀ ਹੈ ਤਾਂ ਸਕਰੀਨ ਤੇ ਨੰਬਰ ਚੱਲਦਾ, ਇਸ ਬਾਈ ਨਾਲ ਕਰ ਲਿਓ ਸੰਪਰਕ, ਇਹਦੀ ਸੀਟ ਹੈ ਲਜਗਰੀ ਜਮੀ 1x1 ਹੈ, ਅੱਛਾ 1x1 ਮਤਲਬ ਬਈ ਘਰੇ ਬਹਿ ਗਿਆ ਸੀਟ ਆਪਣਾ ਗੱਦੇ ਤੇ, ਆਏ ਹਾਏ ਆ ਸਰਾਣਾ, ਇਹ ਵੀ ਇਹਨਾਂ ਨੇ ਬਣਾਏ ਨੇ, ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ, ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਬਾਬਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅੱਜ ਆਪਾਂ ਆਪਣੇ ਇੱਕ ਮਿੱਤਰ ਪਿਆਰੇ ਕੋਲ ਆਏ ਹਾਂ, ਬਹੁਤ ਘੈਂਟ ਕੰਮ ਸਟਾਰਟ ਕੀਤਾ, ਇਹ ਕੰਮ ਲਗਭਗ ਆਪਣੇ ਏਰੀਏ ਤੋਂ ਸੁਨਾਮ ਤੋਂ 200-200 ਕਿਲੋਮੀਟਰ 300-300 ਕਿਲੋਮੀਟਰ ਦੂਰ 'ਤੇ ਹੁੰਦਾ, ਖਾਸ ਤੌਰ 'ਤੇ ਬੱਸਾਂ ਦਾ, ਟੈਂਪੂ ਟਰੈਵਲ ਦਾ, ਹੋਰ ਛੋਟੀਆਂ ਮੋਟੀਆਂ ਗੱਡੀਆਂ ਦਾ, ਮਤਲਬ ਮੇਨ ਗੱਲ ਵੱਡੀ ਜਿਹੜੀ ਔਖ ਆ ਰਹੀ ਸੀ ਉਹ ਬੱਸਾਂ ਵਾਲਿਆਂ ਨੂੰ ਅਤੇ ਟੈਂਪੂ ਟਰੈਵਲ ਵਾਲਿਆਂ ਨੂੰ ਆ ਰਹੀ ਸੀ, ਉਹਨਾਂ ਵਾਸਤੇ ਬਾਈ ਨੇ ਸਿਰਾ ਕੰਮ ਕਰਾਤਾ, ਹਰਨੂਰ ਬੱਸ ਬਾਡੀ ਬਿਲਡਰ, ਬੱਸਾਂ ਦੇ ਬਾਡੀਆਂ ਲਾਉਂਦੇ ਨੇ, ਟੈਂਪੂ ਟਰੈਵਲਾਂ ਦੇ ਬਾਡੀਆਂ ਲਾਉਂਦੇ ਨੇ, ਸਿਰਾ ਕੰਮ ਕਰਾਉਂਦੇ ਨੇ, ਇਕੱਲੀ ਬਾਡੀ ਨਹੀਂ ਲਾਉਂਦੇ, ਤੁਹਾਨੂੰ ਬਾਈ ਹੋਰਾਂ ਦਾ ਕੰਮ ਦਿਖਾਉਣਾ ਵੀ ਬਾਈ ਹੋਰੀ ਕੰਮ ਕੀ ਕਰਦੇ ਆ, ਆਓ ਤੁਹਾਨੂੰ ਬਾਈ ਹੋਰਾਂ ਨਾਲ ਗੱਲਬਾਤ ਕਰਾਉਣਾ, ਨਾਲੇ ਬਾਈ ਹੋਰਾਂ ਦਾ ਦਿਖਾਉਣਾ ਕੰਮ, ਗੱਡੀਆਂ ਦਾ ਪੇਂਟ ਸ਼ੇਂਟ, ਰਮਿੰਗ, ਵਿਚਲੀਆਂ ਸੀਟਾਂ ਦੀ ਪੋਸ਼ਿੰਗ, ਆਟੋਮੈਟਿਕ ਸੀਟਾਂ, ਲੈਦਰ ਵਾਲੀਆਂ ਸੀਟਾਂ, ਕਵਰ ਸੀਟਾਂ ਦੇ, ਤੇ ਪੇਂਟ, ਡੈਂਟਿੰਗ ਪੈਂਟਿੰਗ ਪੁਰਾਣੀਆਂ ਗੱਡੀਆਂ ਦੀ, ਗੱਡੀ ਇੱਧਰ ਲੱਗੀ ਹੋਈ ਹੈ ਕੰਮ ਦੀ, ਆਹ ਵੀ ਸਕੂਲ ਵਾਲੀ ਵੈਨ ਹੈ, ਇੱਕ ਇੱਧਰ ਲੱਗੀ ਹੋਈ ਹੈ, ਤੇ ਇਹਦਾ ਲਗਭਗ ਬਾਈ ਹੋਰੀ ਕਹਿੰਦੇ ਵੀ ਸਾਰਾ ਕੰਮ ਹੋ ਗਿਆ, ਪੇਂਟ ਸ਼ੇਂਟ ਦਾ ਇਕੱਲੀ ਫਿਨਿਸ਼ਿੰਗ ਰਹਿ ਗਈ, ਕੰਮ ਤੁਸੀਂ ਦੇਖ ਸਕਦੇ ਹੋ ਪੇਂਟ ਪੂਰਾ ਸਿਰਾ ਹੋਇਆ ਹੋਇਆ, ਇਕੱਲੀ ਫਿਨਿਸ਼ਿੰਗ ਰਹਿੰਦੀ ਹੈ, ਇਹਦੇ 'ਤੇ ਸਟਿੱਕਰ ਸਟੁੱਕਰ ਦਾ ਕੰਮ ਹੋਈ ਜਾਂਦਾ, ਇਕੱਲਾ ਇਹ ਨਹੀਂ ਵੀ ਇਕੱਲਾ ਪੇਂਟ ਹੀ ਕਰਦੇ ਨੇ, ਸਟਿੱਕਰਿੰਗ ਵਗੈਰਾ, ਨੰਬਰ ਪਲੇਟਾਂ, ਪੂਰਾ ਸਿਰਾ ਕੰਮ ਘੈਂਟ ਹੈ। ਬਾਕੀ ਜਿਹੜੇ ਤੁਹਾਨੂੰ ਕਿਹਾ ਸੀ ਨਾ ਵੀ ਤੋਹਫਾ, ਵੀ ਬਾਈ ਹੋਰੀ ਜਿਹੜਾ ਜਮ੍ਹਾਂ ਸਿਰੇ ਵਾਲਾ ਕੰਮ ਕਰਦੇ ਨੇ ਉਹ ਤੁਹਾਨੂੰ ਦਿਖਾਉਂਦੇ ਆ, ਅੱਗੇ ਆ ਜਾਓ ਮਿੱਤਰੋ, ਟੈਂਪੂ ਟਰੈਵਲ ਤਿਆਰ ਕੀਤੇ ਨੇ ਬਾਈ ਨੇ, ਐਂਡੀ ਲਾਇਆ ਪਿਆ ਦਿਖਾਉਣਾ ਤੁਹਾਨੂੰ ਬਾਈ, ਗੱਡੀ ਖੁੱਲੀ ਆ, ਲੋਕ ਤਾਂ ਨਹੀਂ ਹੈਗਾ, ਲੈ ਵੀ ਮਿੱਤਰਾ ਆ ਜਾ ਜਾ ਸੀ ਨਾ, ਅੰਦਰ ਆ ਜਾ ਕਰਾਂ, ਆਏ ਹੈ ਓਏ ਕਿਆ ਬਾਤ ਹੈ, ਮਰਸਰੀ ਵਾਲੀ ਫੀਲਿੰਗ ਆਉਂਦੀ ਹੈ ਬਾਬਾ, ਅੰਦਰ ਆਉਣ ਸਾਰ ਸਕਰੀਨ ਲੱਗਿਆ, ਇੰਡੀਕੇਟਰ ਵੱਜਦੇ ਆ, ਮੀਟਰ ਮੂਟਰ ਦੇਖ ਕਿਆ ਬਾਤ ਹੈ, ਦੂਜੇ ਨਜ਼ਾਰੇ ਦਾ ਮੀਟਰ ਹੈ ਨਾ, ਡਿਜੀਟਲ ਮੀਟਰ ਨੇ, ਘੈਂਟ ਗੱਲਬਾਤ। ਇੱਧਰ ਨੂੰ ਦਿਖਾ ਸੀਟਾਂ ਸੂਟਾਂ ਬਾਈ, ਸੀਟਾਂ ਸੂਟਾਂ ਵੀ ਬਾਈ ਸਰਾ, JBL ਦੇ ਲਾਏ ਪਏ ਨੇ ਸਪੀਕਰ, ਬਾਈ ਏ ਸੀ ਉਸੀ ਵੀ ਚੱਲਦਾ ਪੂਰਾ ਘੰਟਾ, ਬਾਈ ਕਿਆ ਬਾਤ ਹੈ, ਐਡੀ ਗੱਡੀ 'ਚ ਤਾਂ ਯਾਰ ਕੀ ਏਸੀ ਕੰਮ ਕਰਦਾ, ਉਹ ਕੀ ਕਰਦਾ ਹੈ, ਆਮ ਟਰੈਵਲ ਦੇ ਅੱਗੇ ਤੇ ਪਿੱਛੇ ਬਲੋਰ ਹੁੰਦਾ ਹੈ। ਅੱਛਾ, ਇੱਧਰ ਮਾੜਾ ਜਿਹਾ ਬਾਈਕ ਨਹੀਂ ਕਰਾ ਗੱਲਾਂ ਜੀ, ਮਾੜੀ ਜੀ ਇੱਥੋਂ ਹੀ ਗੱਲ ਕਰਾਂਗੇ ਬਾਈ ਨਾਲ। ਆਮ ਗੱਡੀ ਦੇ ਵਿੱਚ ਇੱਕ ਅੱਗੇ ਬਲੋਰ ਹੁੰਦਾ, ਇੱਕ ਪਿੱਛੇ ਹੁੰਦਾ, ਹਾਂਜੀ, ਆਪਣੇ ਇਕੱਲੀ ਇਕੱਲੀ ਸੀਟ ਤੇ ਬਲੋਰ ਹੈ, ਇਕੱਲੀ ਇਕੱਲੀ ਸੀਟ ਤੇ ਆ ਸੀਗਾ ਜਸ਼ਨ, ਆ ਦਿਖਾਈ ਮਾੜਾ ਜਿਹਾ, ਇਕੱਲੀ ਇਕੱਲੀ ਸੀਟ ਤੇ ਸੀਟ ਤੇ ਬਲੋਰ ਹੈ ਆਪਣੇ, ਕਿਆ ਬਾਤ ਹੈ ਬਾਬੇ, ਜਮਾ ਇਹਨਾਂ ਨਾ ਵੀ ਜਿਵੇਂ ਕਹਿੰਦੇ ਵੀ ਲਗਜ਼ਰੀ ਰੂਮ 'ਚ ਵੜ ਗਿਆ ਬੰਦਾ, ਉਹੀ ਜਿਹੀ ਫੀਲਿੰਗ ਹੈ ਨਾ, ਬੰਦੇ ਨੂੰ ਤਕਲੀਫ ਨਹੀਂ ਆਊਗੀ, ਸੀਟ ਦੇਖ ਆ, ਮਤਲਬ ਆਰਮ ਰੈਸਟ ਹੋ ਗਿਆ, ਅੱਗੇ ਪਿੱਛੇ ਉੱਚੀਆਂ ਨੀਵੀਆਂ ਸਾਰੀਆਂ ਸੀਟਾਂ, ਜਿਵੇਂ ਆਪਾਂ ਗੱਡੀਆਂ ਦੇ ਵਿੱਚ ਫੀਲਿੰਗ ਲੈਂਦੇ ਹਾਂ ਨਾ, ਸਾਰੀ ਉਹ ਚੀਜ਼ ਲੱਗੀ ਹੋਈ ਆ, ਬੰਦੇ ਨੇ ਯਾਰ ਬਾਈ ਸਾਫ਼ ਸਫਾਈ ਉਹ ਬਾਹਲੀ ਰੱਖੀ ਹੋਈ ਆ, ਜਸ਼ਨ ਮੈਟ ਮੂਟ ਦੇਖ ਨਾ ਕਿੰਨਾ ਘੈਂਟ ਲਾਇਆ ਹੋਇਆ ਯਾਰ, ਬੰਦੇ ਦੀ ਸਾਂਭ ਸੰਭਾਲ ਪੂਰੀ ਸਿਰਾ ਯਾਰ, ਆਹ ਕੀ ਚੀਜ਼ ਆ ਬਾਈ, ਉਹ ਐਲ ਸੀ ਡੀ ਹੈ ਜੀ,
ਇੱਕ ਸਾਹ ਲੱਗੀ ਪਈ ਆ ਮਨੋਰੰਜਨ ਇਹ ਵਿੱਚ ਵੱਡੀ ਹਾਂ ਇਹ ਦੱਬ ਤੋਂ ਮਾਰ ਕੇ ਖੁੱਲ ਗਿਆ ਕਿਆ ਬਾਤ ਹੈ ਕਿਆ ਬਾਤ ਹੈ ਸਰਾ ਫੀਲਿੰਗ ਹੈ ਬਾਬੇ ਉਹ ਐਮੀ ਵਿਰਕ ਦੀ ਫਿਲਮ ਚੱਲਦੀ ਹੁੰਦੀ ਆ ਜਦੋਂ ਟੂਰ ਤੇ ਲੈ ਕੇ ਜਾਂਦੇ ਹੁੰਦੇ ਹੋ ਇਹਦੇ ਨਾਲ ਕਰਿਓ ਬਾਈ ਨਾਲ ਬਾਈ ਦਾ ਮਾੜਾ ਜਿਹਾ ਨੰਬਰ ਦਿਖਾ ਦੇ ਇੱਥੇ ਨਹੀਂ ਪਤਾ ਸੀਸੇ ਸੂਸੇ ਤੇ ਲਿਖਿਆ ਹੋਵੇ ਕਿਤੇ ਬਾਹਰਲੇ ਪਾਸੇ ਲਿਖਿਆ ਹੋਇਆ ਬਾਹਰਲੇ ਪਾਸੇ ਦਿਖਾਉਣਾ ਸਾਨੂੰ ਸੀਸੇ ਦੇ ਨੰਬਰ ਤੇ ਮੇਨ ਗੱਲ ਆ ਮਿੱਤਰੋ ਆਹ ਜਿਹੜੀ ਅੰਦਰਲੀ ਫਿਨਿਸ਼ਿੰਗ ਦੀ ਹੈ ਇਹ ਕੀਤੀ ਆ ਬੱਸ ਬਾਡੀ ਵਾਲਿਆਂ ਨੇ ਜਿਹਨਾਂ ਦਾ ਨੰਬਰ ਸਕਰੀਨ 'ਤੇ ਚੱਲੀ ਜਾਂਦਾ ਜਿਹੜੇ ਵੀ ਬੰਦੇ ਨੇ ਟੈਂਪੂ ਟਰੈਵਲ ਨਵਾਂ ਲਿਆ ਉਹ ਇੱਥੇ ਆ ਜਾਓ ਆਹੀ ਚੀਜ਼ ਤੁਹਾਨੂੰ ਬਣਾ ਕੇ ਦੇ ਦਿਓ ਬੰਦਾ ਇੱਦੋਂ ਵੀ ਸਿਰਾ ਬਣਾ ਕੇ ਦੇ ਦਿਓ ਇੱਕ ਵਾਰੀ ਤੁਸੀਂ ਫੋਟੋ ਜਾਂ ਵੀਡੀਓ ਲੈ ਕੇ ਆ ਜਾਓ ਅਤੇ ਸਿਰਾ ਕਰਾ ਦੂ ਅੱਜ ਤੁਹਾਨੂੰ ਦੂਜੀ ਗੱਡੀ ਦਿਖਾਉਣਾ ਤਿਆਰ ਕਰਾਈ ਉਹ ਉਤਲੇ ਪਾਸੇ ਲਿਖਿਆ ਹੋਇਆ ਨੰਬਰ 94-657-30-700 ਇਹ ਨੰਬਰ 'ਤੇ ਕਰ ਲਿਓ ਸੰਪਰਕ ਏ ਸੀ ਬਰਫ ਵਰਗ ਹੈ ਅਤੇ ਸ਼ਿਮਲੇ ਕਹਿੰਦੀ ਲੈ ਜਾਓ ਵਿੱਚੀ ਸ਼ਿਮਲਾ ਬਣਾ ਦੂ ਬਾਕੀ ਸਿਰੇ ਆਹ ਦੂਸਰੀ ਗੱਡੀ ਦਿਖਾਉਣਾ ਤੁਹਾਨੂੰ ਇਹਦਾ ਵੀ ਕੰਮ ਘੈਂਟ ਆ ਅੱਛਾ ਜੀ ਬਾਈ ਕਹਿੰਦਾ ਇਹਦਾ ਉਦੋਂ ਵੀ ਸਰ ਆਏ ਹੋ ਬਾਈ ਓਏ ਜਮਾਂ ਬਹੁਟੀ ਉਹ ਬਣਾਈ ਫਿਰਦਾ ਕਿਆ ਬਾਤ ਹੈ ਤੇਰੀ ਗੱਡੀ ਇਹ ਹਾਂਜੀ ਵੀਰ ਜੀ ਆਹ ਲਓ ਮਾੜਾ ਜਿਹਾ ਮਾਈਕ ਮਾੜਾ ਜਿਹਾ ਗੱਡੀ ਬਾਰੇ ਸਾਨੂੰ ਜਾਣਨਾ ਪਊ ਇਹਦਾ ਹਾਂਜੀ ਵੀਰ ਜੀ ਜਿਹੜੀ ਇਹਦੀ ਆਹ ਫਿਨਿਸ਼ਿੰਗ ਹੈ ਹਾਂਜੀ ਇਹ ਬਾਈ ਹੋਰਾਂ ਤਿਆਰ ਕਰਾਈ ਬਾਈ ਹੋਰਾਂ ਤਿਆਰ ਕਰਾਈ ਦੀ ਯਾਰ ਬਹੁਤ ਘੈਂਟ ਤਿਆਰ ਕਰਾਈ ਹੈ ਨਾ ਪੂਰੀ ਹਾਂਜੀ ਸਿਰਾ ਲਾਤਾ ਬਾਈ ਨੇ ਜੀ ਜਮਾਂ ਐਂਡ ਲਾਈ ਪਈ ਯਾਰ ਬਾਈ ਆਹ ਜਸ਼ਨਾ ਦਿਖਾ ਚੀਜ਼ਾਂ ਇਹ 'ਚ ਵੀ ਇੱਥੇ ਵੀ ਸਕਰੀਨ ਲੱਗੀ ਹੈ ਡਿਜੀਟਲ ਮੀਟਰ ਨੇ ਇਹਦੇ ਵੀ ਆਹ ਸਾਰੇ ਮਤਲਬ ਕਿ ਡਰਾਈਵਰ ਭਰਾਵਾਂ ਵਾਸਤੇ ਆ ਇਹ ਚੀਜ਼ ਜਾਣਕਾਰੀ ਵਾਸਤੇ ਤੇ ਸਮਾਨ ਸਮੂਨ ਰੱਖਣ ਨੂੰ ਪੂਰਾ ਘੈਂਟ ਸਿਸਟਮ ਹੈ ਜਿਹੜਾ ਕਿਸੇ ਨੇ ਬਸ ਬਾਡੀ ਲਗਵਾਉਣੀ ਹੈ ਤਾਂ ਸਕਰੀਨ ਤੇ ਨੰਬਰ ਚੱਲੀ ਦਾ ਇਸ ਬਾਈ ਨਾਲ ਕਰ ਲਿਓ ਸੰਪਰਕ ਇਹਦੀ ਸੀਟ ਹੈ ਲਜਗਰੀ ਜਮੀ 1x1 ਹੈ ਅੱਛਾ 1x1 ਮਤਲਬ ਬਈ ਘਰੇ ਬਹਿ ਗਿਆ ਸੀਟ ਆਪਣਾ ਗੱਦੇ ਤੇ ਆਏ ਹਾਏ ਆ ਸਰਾਣਾ ਇਹ ਵੀ ਇਹਨਾਂ ਨੇ ਬਣਾਏ ਨੇ ਹਾਂਜੀ ਕੀ ਬਾਤ ਹੈ ਯਾਰ ਮੈਨੂੰ ਤਾਂ ਐਸੀ ਮੈਂ ਕੱਲਾ ਪੇਂਟ ਫੂਟੀ ਕਰਦੇ ਨੇ ਨਹੀਂ 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 ਗੱਡੀਆਂ ਤਿਆਰ ਕਰਦੇ ਨੇ ਪੂਰੀਆਂ ਵਧੀਆ ਸੌਂਕ ਨਾਲ ਅੱਛਾ ਬਾਬੇ ਉਹ ਫੀਲਿੰਗ ਦੇਖੋ ਭੈਣ ਚੋਂ ਲੱਗ ਰਿਹਾ ਨਾ ਵੀ ਕਿਸੇ 5-star ਹੋਟਲ 'ਚ ਖੜਾ ਮੈਂ ਸੀਟਾਂ ਆਏ ਹਾਏ ਓਏ ਮਾੜਾ ਜਿਹਾ ਮੈਨੂੰ ਬਹਿ ਕੇ ਦੇਖਣ ਦੇ ਜਸ਼ਨ ਆਏ ਹਾਏ ਆਏ ਕਿਆ ਬਾਤ ਹੈ ਨਜ਼ਾਰਾ ਆ ਰਿਹਾ ਮੈਂ ਹੁਣ ਇੱਕ ਇੱਧਰਲੇ ਪਾਸੇ ਬੈਠਾ ਹੋਵੇ ਮੇਰਾ ਯਾਰ ਕੋਈ ਤੇ ਮੈਂ ਖਾਣ ਪੀਣ ਵਾਲਾ ਬੰਦਾ ਨਹੀਂ ਵੈਸੇ ਖਾਣ ਪੀਣ ਵਾਲੇ ਬੰਦੇ ਵਾਸਤੇ ਵੀ ਪੂਰਾ ਸਿਰਾ ਚੱਲ ਮੂਡ ਆ ਮੇਰੇ ਉਤਲੇ ਪਾਸੇ ਚੱਲਦਾ ਏ ਸੀ ਆਏ ਹਾਏ ਇੱਥੋਂ ਚਾਹੇ ਬੰਦ ਕਰ ਲਾ ਚਾਹੇ ਇਹਨੂੰ ਚਾਲੂ ਕਰ ਲਾ ਹਰਮੂਰ ਬੱਸ ਵਾਡੀ ਵਾਲਿਆ ਬੰਗਲਾ ਹੀ ਬਣਾਤਾ ਪਤੰਦਰਾ ਬੰਗਲਾ ਏਸੀ ਬਲੋਰ ਨੇ ਜੀ ਅੱਛਾ ਆ ਵੀ ਇਹ ਵੀ ਏਸੀ ਬਲੋਰ ਨੇ ਇੰਨਾ ਵਿੱਚ ਦੀ ਵੀ ਠੰਡੀ ਹਵਾ ਇੰਨਾ ਵਿੱਚ ਦੀ ਵੀ ਠੰਡੀ ਹਵਾ ਮਤਲਬ ਠੰਡ ਕੀ ਠੰਡ ਜਸ਼ਨ ਇਹ ਚ ਵੀ ਸਕਰੀਨ ਲੱਗੀ ਆ ਆਹ ਦੇਖ ਐਡੀ ਸਕਰੀਨ ਇਹ ਚ ਵੀ LG ਦੀ ਲਾਈ ਪਈ ਆ ਪਤੰਦਰਾ ਨੇ ਹਰਨੂਰ ਵਾਲਿਆ ਸਿਰਾ ਕਰਾਤਾ ਪਤੰਦਰਾ ਸਿਰਾ ਕਰਾਤਾ ਉਹ ਪਿੱਛੇ ਪੱਖੀ ਵੀ ਲੱਗੀ ਆ ਜਿਹੜੇ ਮੇਰੇ ਵਰਗੇ ਨੂੰ ਜ਼ਿਆਦਾ ਮੁੜਕਾ ਜਾਂਦਾ ਆਪਦੀ ਪੱਖੀ ਲਾ ਕੇ ਪਿੱਛੇ ਬਹਿ ਜਾ 3 ਸੀਟਾਂ ਲੱਗੀਆਂ ਨੇ ਪਿੱਛੇ ਤੇ ਇਹ 'ਚ ਲੱਗੇ ਨੇ ਮਿੱਤਰੋ ਅਲਪਾਈਨ ਦੇ ਸਪੀਕਰ ਬਾਈ ਮਿਊਜ਼ਿਕ ਸਿਸਟਮ ਵੀ ਪੂਰਾ ਘੈਂਟ ਆ ਉਹ ਵੀ ਇਹਨਾਂ ਨੇ ਲਾਇਆ ਹਾਂਜੀ ਹਾਂਜੀ ਬਾਈ ਮਿਊਜ਼ਿਕ ਸਿਸਟਮ ਵੀ ਇਹਦਾ ਮਤਲਬ ਕਿ ਵੀ ਤੁਸੀਂ ਇਕੱਲੀ ਚਾਸੀ ਲੈ ਕੇ ਆ ਜਾਓ ਬਾਕੀ ਸਾਰਾ ਕੰਮ ਹਰਨੂਰ ਵਾਲੇ ਕਰਨਗੇ ਕਰ ਦੇਣਗੇ ਜੀ ਕਿਆ ਬਾਤ ਹੈ ਕਿਆ ਬਾਤ ਹੈ ਬਾਈ ਹਰਨੂਰ ਵਾਲੇ ਵਧਾਈ ਦੇ ਪਾਤਰ ਨੇ ਨਹੀਂ ਤਾਂ ਲਗਭਗ ਆਪਣੇ ਕਿੱਥੇ ਇੱਕ ਤਾਂ ਜਲੰਧਰ ਬੱਸ ਵੱਡੀ ਹੈ ਨਾ ਮੋਗੇ ਲੱਗਦੀਆਂ ਨੇ ਵੀ ਆਪਾਂ ਨੂੰ ਬੜੀ ਦਿੱਕਤ ਪੈਂਦੀ ਸੀ ਆਪਣੇ 50 ਕਿਲੋਮੀਟਰ ਏਰੀਆ ਵਾਲੇ ਨੂੰ ਹੈ ਨਾ ਬੜੀ ਦੂਰ ਜਾਣਾ ਪੈਂਦਾ ਸੀ ਸੋ ਮਿੱਤਰੋ ਜਿਹੜੇ ਪੰਜਾਬ ਦੇ ਮਿੱਤਰ ਪਿਆਰੇ ਨੇ ਖਾਸ ਤੌਰ ਤੇ ਰਾਜੇ ਬੜਿੰਗ ਦੀਆਂ ਬੱਸਾਂ ਦਾ ਖਾਸਾ ਰੌਲਾ ਪੈਂਦਾ ਵੀ ਬੱਸ ਵਾਡੀਆਂ ਨਹੀਂ ਲੱਗਦੀਆਂ ਉਹ ਭਰਾਵੋ ਇੱਥੇ ਆ ਜਾਓ ਸੁਨਾਮ ਖੁੱਲਾ ਥਾਵਾਂ ਗੱਡੀਆਂ ਖੜਨ ਨੂੰ ਇੱਥੇ ਬੱਸ ਵਾਡੀਆਂ ਦਾ ਖਾਸ ਪ੍ਰਬੰਧ ਹੈ ਬਿਜਲੀ ਫਿਨਿਸ਼ਿੰਗ ਤੁਹਾਨੂੰ ਟੈਂਪੂ ਟਰੈਵਲਾਂ ਦੀ ਦਿਖਾਤੀ ਬੱਸਾਂ ਦੀ ਵੀ ਤੁਹਾਨੂੰ ਦਿਖਾਵਾਂਗੇ ਬੱਸਾਂ ਦੀ ਵੀ ਮਾਂ ਦਾ ਪੁੱਤਾ ਸਿਰਾ ਕੰਮ ਕਾਰ ਆ ਯਾਰ ਪੂਰਾ ਘੈਂਟ ਗੱਲਬਾਤ ਬਾਈ ਉਹਨਾਂ ਦਾ ਨੰਬਰ ਸਕਰੀਨ 'ਤੇ ਚੱਲੀ ਜਾਂਦਾ ਟੈਂਪੂ ਟਰੈਵਲ ਵਾਲਿਆਂ ਦਾ ਨੰਬਰ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਇੱਕ ਵਾਰੀ ਪਹਿਲਾਂ ਬੋਲਤਾ ਇੱਕ ਵਾਰੀ ਜਸ਼ਨ ਨੂੰ ਫਿਰ ਕਹੂੰਗਾ ਬਾਈ ਦੁਬਾਰੇ ਦਿਖਾ ਦਿਓ ਉੱਪਰਲੇ ਪਾਸੇ ਲਿਖਿਆ ਹੋਇਆ
ਉਹ ਪਿਛਲੇ ਪਾਸੇ, ਇਹ ਤਾਂ ਕੱਟਿਆ ਜਾ ਗਿਆ, ਇੱਧਰਲੇ ਪਾਸੇ ਦਿਖਾ ਦੇ ਹਾਂ। ਅਤੇ ਜੇ ਕਿਸੇ ਨੇ ਸ਼ਿਮਲੇ ਕੁੱਲੂ ਮਨਾਲੀ ਜਾਣਾ ਉਹ ਬਾਈ ਹੋਰਾਂ ਨਾਲ ਸੰਪਰਕ ਕਰ ਲਓ। ਜੇ ਕਿਸੇ ਨੇ ਬਾਡੀ ਲਗਵਾਉਣੀ ਹੈ, ਗੱਡੀ ਤਿਆਰ ਕਰਾਉਣੀ ਹੈ, ਜਮਾਂ ਨਵੀਂ ਵਿਆਹੀ ਮੰਗੂ, ਉਹ ਫਿਰ ਹਰਨੂਰ ਵਾਲਿਆਂ ਨਾਲ ਗੱਲਬਾਤ ਕਰ ਲਓ। ਸਤਿ ਸ਼੍ਰੀ ਅਕਾਲ ਜੀ।